अज का यह प्रोग्राम शहीदां नूं समर्पित आ ते दूसरा तुहानूं इह दिस रही बहुत ही वड्डी यादगार नाल जोड़ना इहदा इतिहास दसना कि जद 1862 ईस्वी दे विच इह रेलवे स्टेशन बनिया सी तद पंजाब लई इक बहुत वड्डा दिन सी। उस दिन पहली बार 32 मील गड्डी चली सी साडे पंजाब दे विच। इह रेल गड्डी लाहौर, अमृतसर, फिरोजपुर, अटारी इन्हां रेलवे स्टेशनों तो गुजरिया करती सी। सति श्री अकाल भी दर्शको, अज असी हाँ हुसैनी वाला बार्डर पर जिथे भगत सिंह, राजगुरु, सुखदेव ते बीके दत्त जी हुणां दी समाध बनी हुई आ। थानू पता ही आ कि जो क्रांतिकारी वड्डे क्रांतिकारी सी जिन्हां दीआं आखर दे समें ते अस्थियां उन्हां दीआं इत्थे लैंदियां गईआं सी, कह लो कि जो आखरी प्रक्रिया सी उन्हां दी ਉਹ ਇੱਥੇ ਹੀ ਕੀਤੀ ਗਈ ਸੀ। ਸੋ ਉਹਨਾਂ ਦੀ ਯਾਦ ਦੇ ਨਾਲ ਸੰਬੰਧ ਅਤੇ ਯਾਦਗਾਰੀ ਆ। ਸੋ ਇਹਦੇ ਇੱਥੇ ਰੇਲਵੇ ਸਟੇਸ਼ਨ ਵੀ ਆ, ਉਹਦੇ ਬਾਰੇ ਗੱਲਬਾਤ ਕਰਾਂਗੇ ਅਤੇ ਕੁਝ ਹੋਰ ਇਤਿਹਾਸਿਕ ਗੱਲਾਂ ਬਾਤਾਂ। ਆਓ ਚੱਲੀਏ। ਦਰਸ਼ਕੋ, ਵੀ ਕਿਹਾ ਜਾਂਦਾ ਵੀ ਜਦੋਂ 23 ਮਾਰਚ 1931 ਨੂੰ ਭਗਤ ਸਿੰਘ ਜੀ ਹੋਣਾ ਦੀ ਸ਼ਹਾਦਤ ਹੋ ਗਈ ਨਾ, ਕਹਿੰਦੇ ਬੀਕੇ ਦੱਤ ਸਾਹਿਬ, ਉਹ ਬਟਕੇਸ਼ਵਰ ਦੱਤ ਸੀ ਇਹਨਾਂ ਦਾ ਪੂਰਾ ਨਾਂ, ਇਹ ਜਿਉਂਦੇ ਰਹੇ ਸੀ ਉਸ ਸਮੇਂ, ਕਾਫੀ ਸਮਾਂ ਬਾਅਦ 'ਚ ਜਿਉਂਦੇ ਰਹੇ। ਇਹਨਾਂ ਦੀ ਫਰਮਾਇਸ਼ ਸੀ ਕਿ ਜਦੋਂ ਮੇਰੀ ਸਮਾਧੀ ਬਣਾਈ ਜਾਵੇ ਤਾਂ ਭਗਤ ਸਿੰਘ ਜੀ ਹੋਣਾ ਦੀ ਸਮਾਧ ਦੇ ਸਾਹਮਣੇ ਬਣਾਈ ਜਾਵੇ। ਇਸ ਘਰ ਮਾਧ ਬਣੀ ਹੋਈ ਹੈ ਜੋਤੀ, ਅਤੇ ਉਹਦੇ ਸਾਹਮਣੇ ਹੀ ਬੀਕੇ ਦੱਤ ਜੀ ਹੋਣਾ ਦੀ ਸਮਾਧ ਬਣਾਈ ਗਈ ਸੀ। ਇਹਦੀ ਖਾਸੀਅਤ ਸੀ ਕਿਉਂਕਿ ਆਪਸੀ ਇਹਨਾਂ ਦਾ ਰਿਸ਼ਤਾ ਬਹੁਤ ਗੂੜਾ ਸੀ, ਬੀਕੇ ਦੱਤ ਅਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਹੋਣਾ ਦਾ। ਕਦੇ ਇਹ ਰੇਲਵੇ ਸਟੇਸ਼ਨ ਭਾਰਤ ਅਤੇ ਪਾਕਿਸਤਾਨ ਦਾ ਸਾਂਝਾ ਹੋਇਆ ਕਰਦਾ ਸੀ। ਅੱਜ ਵੀ ਇਹ ਸਬੂਤ ਆ ਭਾਰਤ ਅਤੇ ਪਾਕਿਸਤਾਨ ਦੇ ਇੱਕ ਹੋਣ ਦਾ। ਕੁਝ ਦਿਨ ਫਿਰ ਇਸ 'ਤੇ ਇਹ ਵੀ ਆਇਆ ਕਿ ਇਸ ਤੋਂ ਲੋਕ, ਉਹੀ ਲੋਕ ਜੋ ਸਾਂਝੇ ਹੋਇਆ ਕਰਦੇ ਸੀ, ਕਦੇ ਇਸੇ ਸਟੇਸ਼ਨ ਤੋਂ ਵਿਛੜੇ। ਅੱਜ ਵੀ ਇਹ ਰੇਲਵੇ ਸਟੇਸ਼ਨ ਦੀਆਂ ਨਿਸ਼ਾਨੀਆਂ, ਸਾਂਝ ਦੀਆਂ ਸਾਡੀ ਦੀਆਂ ਨਿਸ਼ਾਨੀਆਂ ਅੱਜ ਵੀ ਸਤਲੁਜ ਦਰਿਆ ਦੇ ਉੱਪਰੋਂ ਲੰਘਦੀਆਂ ਨਿਸ਼ਾਨੀਆਂ ਮਿਲਦੀਆਂ। ਪਰ ਕੋਈ ਵਕਤ ਇਸ 'ਤੇ ਇਹ ਵੀ ਆਇਆ ਕਿ ਜਦ ਭਾਰਤ ਪਾਕਿਸਤਾਨ ਦੀ ਜੰਗ ਹੋਈ 1971 ਦੇ ਵਿੱਚ, ਉਦੋਂ ਇਹਨੂੰ ਨੁਕਸਾਨ ਵੀ ਕਾਫੀ ਝੱਲਣਾ ਪਿਆ। ਨਾਲ ਲੱਗਦੀ ਇੱਕ ਗੱਲ ਤੁਹਾਨੂੰ ਇੱਥੇ ਹੋਰ ਵੀ ਦੱਸ ਦਿਆਂ ਕਿ ਸਾਡੇ ਦੇਸ਼ ਦੇ ਸ਼ਹੀਦਾਂ ਦੀਆਂ ਇੱਥੇ ਅੰਤਮ ਰਸਮਾਂ ਕੀਤੀਆਂ ਗਈਆਂ, ਇੱਥੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ। ਭਗਤ ਸਿੰਘ ਬਾਰੇ ਮੈਂ ਤੁਹਾਨੂੰ ਇੱਕ ਹੀ ਗੱਲ ਦੱਸ ਦਿੰਦਾ ਨੌਜਵਾਨਾਂ ਨੂੰ ਕਿ ਲਾਸਟ ਸਮੇਂ ਜਦੋਂ ਆਮ ਫਾਂਸੀ 'ਤੇ ਚੜ੍ਹਦੇ ਕੈਦੀ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ, ਮੌਤ ਸਾਹਮਣੇ ਖੜ੍ਹੀ ਹੁੰਦੀ ਆ, ਤਦ ਭਗਤ ਸਿੰਘ ਨੇ ਬੜੀ ਦਲੇਰੀ ਨਾਲ ਆਖਿਆ ਸੀ ਜਲਾਦ ਨੂੰ ਕਿ ਮੇਰਾ ਫੰਦਾ ਠੀਕ ਕਰ ਦੇ। ਇਹੋ ਜਿਹੇ ਮਹਾਨ ਸ਼ਹੀਦ ਹੋਏ ਆ ਸਾਡੇ ਦੇਸ਼ ਦੇ। ਇੰਨੇ ਛੋਟੇ ਪ੍ਰੋਗਰਾਮ ਦੇ ਵਿੱਚ ਐਡੇ ਵੱਡੇ ਇਤਿਹਾਸ ਨੂੰ ਦੱਸਿਆ ਨਹੀਂ ਜਾ ਸਕਦਾ। ਅਸੀਂ, ਸਾਡਾ ਚੈਨਲ ਚਾਹੁੰਦਾ ਕਿ ਸਿਰਫ ਨੌਜਵਾਨਾਂ ਦੀ ਦਿਲਚਸਪੀ ਪੈਦਾ ਹੋਵੇ ਇਤਿਹਾਸ ਦੇ ਵਿੱਚ, ਅਤੇ ਉਹ ਖੁਦ ਇਤਿਹਾਸ ਨੂੰ ਕਿਤਾਬਾਂ 'ਚੋਂ ਜਾਂ ਇਤਿਹਾਸਿਕ ਜਗ੍ਹਾ ਤੋਂ ਜਾ ਕੇ ਪੜਤਾਲਣ। ਦਰਸ਼ਕੋ, ਅੱਜ ਨਾ ਅਸੀਂ ਰੇਲਵੇ ਸਟੇਸ਼ਨ 'ਤੇ ਹਾਂ ਜੋ ਕਿ ਬਹੁਤ ਇਤਿਹਾਸਿਕ ਆ। ਇਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਬਾਈ ਬਲਵੀਰ ਸਿੰਘ ਜੀ, ਅਤੇ ਇੱਧਰ ਵੀ ਨਾਲ ਬਲਵੀਰ ਸਿੰਘ ਜੀ ਨੇ। ਬਾਈ ਜੀ, ਇਹਦਾ ਕੀ ਇਤਿਹਾਸ ਹੈਗਾ? ਜੀ, ਇਹ ਨਾ ਅੰਗਰੇਜ਼ਾਂ ਦੇ ਟਾਈਮ 'ਤੇ ਇਹਦੀ ਓਪਨਿੰਗ ਹੋਈ ਸੀ। ਅੱਛਾ, ਠੀਕ ਹੈ। ਥਾਂ ਜਿਹਦਾ 100 ਸਾਲ ਪੂਰਾ ਹੋ ਗਿਆ ਸੀ, ਇਹਨੂੰ ਬੰਦ ਕਰਕੇ ਫਿਰ ਉਹ ਜਿਹੜਾ ਹੁਸੈਨੀ ਵਾਲਾ ਪੋਲ ਹੈ, ਉਦੋਂ ਬਾਅਦ ਫਿਰ ਇਹ ਰੇਲਵੇ ਟਰੈਕ ਇੱਧਰ ਦਾ ਚਲਾਇਆ ਗਿਆ ਸੀ, ਇਹ ਬੰਦ ਹੋ ਗਿਆ ਸੀ, ਇਹ ਬੰਦ ਕਰਤਾ ਸੀ। ਹਾਂਜੀ, ਇਹਦੇ ਉੱਪਰ ਜਿੱਦਾਂ ਇਹ ਲਾਈਨ ਹੈ, ਨੀਚੇ ਰੇਲ ਪਟੜੀ ਸੀ, ਉੱਪਰ ਉੱਦਾਂ ਦੀ ਪੁਲ ਸੀ, ਬੈਲ ਗੱਡੀ ਵਾਸਤੇ ਉੱਪਰ ਬੈਲ ਗੱਡੀ ਆਉਂਦੀ ਸੀ, ਰੋਡ ਬਣਿਆ ਸੀ, ਨੀਚੇ ਟ੍ਰੇਨ ਜਾਂਦੀ ਸੀ। ਬਿਲਕੁਲ, ਉਹ ਚੀਜ਼ ਨੂੰ, ਇਹ ਤੁਹਾਡੀ ਕਹਿ ਲਓ ਬਹੁਤ ਵੱਡੀ ਸੇਵਾ ਹੈ ਨਾ, ਜਿਹੜੀ ਚੀਜ਼ ਨੂੰ ਬਣਾ ਕੇ ਰੱਖਿਆ। ਇੱਥੋਂ ਦੇ ਪ੍ਰਸ਼ਾਸਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਬਾਖੂਬੀ ਇਹ ਚੀਜ਼ ਨੂੰ ਬਾਕਮਾਲ ਸਾਂਭ ਕੇ ਰੱਖਿਆ। ਤੇ ਭਗਤ ਸਿੰਘ ਜੀ ਨਾਲ ਕੀ ਸੰਬੰਧ ਹੈ ਇਸ ਚੀਜ਼ ਦਾ? ਨਹੀਂ, ਭਗਤ ਸਿੰਘ ਦਾ ਨਾਲ ਸੰਬੰਧ ਨਹੀਂ। ਇਹ ਸਤਲੁਜ ਨਦੀ ਸੀ ਜੀ, ਇਹ ਪੁਲ ਸੀ। ਜਦੋਂ 1931 'ਚ ਭਗਤ ਸਿੰਘ ਨੂੰ ਫਾਂਸੀ ਲਾਈ ਗਈ ਸੀ ਸ਼ਾਮ ਨੂੰ 7:15 ਵਜੇ ਸੋਮਵਾਰ,
ਤੇ ਉੱਥੋਂ ਜਦੋਂ ਜੇਲ੍ਹ ਤੋੜ ਕੇ ਇਹਨਾਂ ਨੂੰ ਬੈਕ ਸਾਈਡ ਦੀ ਦੀਵਾਰ ਤੇ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦੀ ਡੈੱਡ ਬੋਡੀ ਲਿਆਂਦੀ ਗਈ ਸੀ ਸਤਲੁਜ ਜਾਂ ਅੰਗਰੇਜ਼ਾਂ ਨੇ ਇੱਥੇ ਲੈ ਆਏ ਸਤਲੁਜ ਇੱਥੇ ਲਿਆਂਦੀ ਸਤਲੁਜ ਜਲ ਪ੍ਰਵਾਹ ਕਰਨ ਵਾਸਤੇ ਉੱਥੋਂ ਫਿਰ ਆਪਣੇ ਲੋਕਾਂ ਨੂੰ ਪਤਾ ਲੱਗਿਆ ਵੀ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਤਲੁਜ ਦੀ ਨਦੀ ਦੇ ਵਿੱਚ ਲੈ ਗਏ ਉੱਤੇ ਉਤਾਰਨ ਵਾਸਤੇ ਅੱਛਾ ਆਪਣੀ ਪਬਲਿਕ ਉੱਥੋਂ ਆ ਕੇ ਤੇ ਇੱਥੇ ਪਹੁੰਚ ਗਈ ਹੁੰਦੀ ਨੂੰ ਅੰਗਰੇਜ਼ਾਂ ਦੇ ਟਾਈਮ ਤੇ ਕੁਝ ਲੋਕ ਜੋ ਆਪਣੇ ਆ ਗਏ ਸੀ ਉਹਨਾਂ ਨੇ ਇੱਥੇ ਹੀ ਅੰਗਰੇਜ਼ ਜਿਹੜੇ ਸੁਟਣ ਆਏ ਉਹਨਾਂ ਨੂੰ ਫੜ ਕੇ ਭਜਾ ਕੇ ਇਹਨਾਂ ਦੀ ਅੱਧ ਜਲੀ ਜਿਹੜੀ ਲਾਚਾ ਜੀ ਟੁੱਟੇ ਹੋਏ ਨੇ ਉਹਨਾਂ ਨੂੰ ਕੱਢ ਕੇ ਦਰਿਆ ਚੋਂ ਫਿਰ ਉੱਥੇ ਅੰਤਿਮ ਸੰਸਕਾਰ ਕੀਤਾ ਸੀ ਭਗਤ ਸਿੰਘ ਰਾਜਗੁਰੂ ਸੁਖਦੇਵ ਉੱਥੇ ਅੰਤਿਮ ਜਿਹੜੇ ਦਰਸ਼ਕੋ ਸਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ ਨਾ ਉੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਇੱਥੇ ਉਹਨਾਂ ਦੀਆਂ ਅੱਧ ਜੜੀਆਂ ਲਾਸ਼ਾਂ ਜਿਹੜਾ ਸੀ ਨਾ ਦਰਿਆ ਦਾ ਏਰੀਆ ਕਹਿ ਸਕਦੇ ਸਤਲੁਜ ਦਰਿਆ ਦਾ ਅੱਧ ਜੜੀਆਂ ਲਾਸ਼ਾਂ ਸੀ ਬੈਗ ਜੇਲ੍ਹ ਦੇ ਬੈਗ ਪਿੱਛੋਂ ਦੀ ਕੱਢੀਆਂ ਗਈਆਂ ਸੀ ਤੇ ਆਖਰ ਤੇ ਲੋਕਾਂ ਦਾ ਵਿਦਰੋਹ ਇੰਨਾ ਸੀ ਕਿਉਂਕਿ ਉਸ ਸਮੇਂ ਦਾ ਉਹ ਹੀਰੋ ਸੀ ਤੇ ਅੱਜ ਵੀ ਸਾਡਾ ਹੀਰੋ ਆ ਵਾਕਈ ਉਹ ਹੀਰੋ ਦੇ ਕਾਬਿਲ ਸੀ ਹੈ ਨਾ ਤੇ ਉਹਦੀ ਯਾਦ ਦੇ ਵਿੱਚ ਕਹਿ ਲਓ ਕਿ ਆਹ ਏਰੀਆ ਬਣਿਆ ਹੋਇਆ ਹੁਸੈਨੀ ਵਾਲਾ ਬਾਰਡਰ ਦੇ ਨਾਲ ਮਸ਼ਹੂਰ ਆ ਤੇ ਇਤਿਹਾਸਕ ਚੀਜ਼ ਆ ਮੈਂ ਚਾਹੁੰਦਾ ਜੇ ਅਗਰ ਮਾਹੌਲ ਠੀਕ ਹੋ ਤੁਸੀਂ ਲਾਜ਼ਮੀ ਇਹ ਚੀਜ਼ ਨੂੰ ਦੇਖ ਕੇ ਜਾਇਓ ਅਗਰ ਤੁਹਾਡੇ ਵੀ ਗਿਰਦ ਗਿਰਦ ਕੋਈ ਇਤਿਹਾਸਕ ਇਮਾਰਤ ਹੋਵੇ ਤਾਂ ਸਾਨੂੰ ਲਾਜ਼ਮੀ ਦੱਸਣਾ ਤਾਂ ਕਿ ਆਪਾਂ ਨੂੰ ਕੈਮਰੇ 'ਚ ਕੈਦ ਕਰ ਸਕੀਏ ਕਿਉਂਕਿ ਸਮਾਂ ਬਹੁਤ ਬਲਵਾਨ ਹੁੰਦਾ ਪਤਾ ਨਹੀਂ ਹੁੰਦਾ ਇਮਾਰਤ ਕਦੋਂ ਡਿੱਗ ਪਏ ਤੇ ਕਦੋਂ ਕੀ ਹੋ ਜਾਏ ਸੋ ਦਰਸ਼ਕੋ ਅਗਲੀ ਵਾਰੀ ਨਵੀਂ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਾਈ ਜੀ ਤੁਹਾਡਾ ਵੀ ਧੰਨਵਾਦ ਤੇ ਦਰਸ਼ਕ